ਖੇਡ ਖੇਡ ਕੇ ਤੇ ਗੁਰਵਰ ਨੇ ਕੱਪੜੇ ਵੀ ਗੰਦੇ ਕਰ ਲਏ ਸੀ। ਚੰਗਾ ਹੋਇਆ ਦੇ ਕੱਪੜੇ ਬਦਲਦੇ, ਦੁੱਧ ਪੀ ਕੇ ਨਾਲ ਹੀ ਸੌਂ ਗਿਆ। ਥੱਲੇ ਤਾਂ ਨਹੀਂ ਮੈਂ ਹੁਣ ਜਾਂਦੀ, ਚਾਹ ਪਾਣੀ ਪਿਆਲ ਹੀ ਦੇਣ ਫੇਰ ਹੀ ਜਾਂਦੀ ਹਾਂ। ਜਿੱਦਣ ਮੇਰੀ ਮੰਮੀ ਆਈ ਸੀ, ਸੁਮਨ ਨੇ ਕਿਹੜਾ ਉਦਣ ਚਾਹ ਪਾਣੀ ਪਿਆ ਲਿਆ ਸੀ, ਉਹ ਤਾਂ ਦਵਾਈ ਲੈਣ ਚੱਲ ਗਈ ਅਤੇ ਮੈਂ ਐਵੇਂ ਮਰਦੀ ਰਹਾਂ। ਪਕੌੜੇ ਤਾਂ ਵੱਡੀ ਨੇ ਕੱਢ ਹੀ ਲੈਣੇ ਆ, ਉਹਨਾਂ ਨੇ ਕਿਹੜੇ ਸਾਰੇ ਖਾ ਲੈਣੇ, ਬਚਣੇ ਹੀ ਆ। ਆਪੇ ਬਾਅਦ ਵਿੱਚ ਥੱਲੇ ਜਾ ਕੇ ਮੈਂ ਚਾਹ ਨਾ ਖਾ ਲੈਣੀ ਹੈ। ਮੇਰਾ ਪੁੱਤ ਤਾਂ ਸੌਂ ਗਿਆ, ਉੱਥੇ ਕਿਹੜੇ ਕੰਮ ਕੀਤੇ ਆ ਮੈਡਲ ਪੈਣੀ ਆ। ਵੱਡੀ ਜਿਹੇ ਤਾਂ ਡਿੱਗ ਡਿੱਗ ਪੈਣ ਡੇ ਆ ਗਾੜੀ, ਅਤੇ ਮੇਰੇ ਰਹਿ ਗਏ ਪੈਣ ਵਾਲੇ। ਜਿੰਨਾ ਕੁ ਹੁੰਦਾ ਇੰਨਾ ਹੀ ਬੜਾ ਵਾ, ਮੰਮੀ ਬਸ ਚੰਗਾ ਸਮਝਦੀ ਹੈ ਨਾ, ਇੰਨਾ ਹੀ ਬਹੁਤ। ਬਾਕੀਆਂ ਸਾਹਮਣੇ ਚੰਗਾ ਬਣ ਕੇ ਕੀ ਲੈਣਾ ਵਾ, ਕਿੱਦਾਂ ਪ੍ਰਧਾਨ ਬਣੀ, ਨਾਲੇ ਮੇਰੇ ਕੋਲ ਇੰਨੇ ਫਫੜੇ ਕੁੱਟੇ ਜਾਂਦੇ। ਮੰਮੀ ਉਹਦੀ ਆਈ ਐਵੇਂ ਟੁੱਟ ਟੁੱਟ ਮਰਦੇ ਰਹੋ, ਵੱਡੀ ਜੋ ਹੈਗੀ ਹੈ ਉਹਨੇ ਕਰ ਲੈਣਾ ਬਥੇਰਾ। ਉਹ ਜੇ ਸਾਰਿਆਂ ਨੂੰ ਮੰਮੀ ਮੰਮੀ ਕਰ ਕਰਕੇ ਸਾਰਿਆਂ 'ਚ ਆਪਣੀ ਮਾਂ ਲੱਭਦੀ ਰਹਿੰਦੀ, ਇੰਨਾ ਨਹੀਂ ਇਹਨੂੰ ਪਤਾ ਵੀ ਜਿਹੜੀ ਅਸਲੀ ਮਾਂ ਉਹੀ ਰਹਿਣੀ ਸੀ। ਇਹ ਦੂਜਿਆਂ 'ਚ ਮਾਵਾਂ ਲੱਭਣ ਡੈ ਪੈਣ ਤਾਂ ਘੱਟ ਹੀ ਕਰਦੇ, ਨਾਲੇ ਉਹਦੇ ਵਾਸਤੇ ਮਾਸੀ ਵਾਸਤੇ ਵੀ ਜੋ ਸੁਮਣ ਵਾ ਉਹ ਸੁਮਣ ਹੀ ਰਹਿਣੀ ਹੈ, ਮਨਪ੍ਰੀਤ ਥੋੜ੍ਹੀ ਬਣ ਜਾਣੀ ਹੈ। ਪਰ ਮਨਪ੍ਰੀਤ ਦਾ ਇਰਾਦਾ ਵਾ ਵੀ ਜਿੱਦਾਂ ਮੇਰੀ ਮਾਂ ਇਹ ਹੀ ਆ, ਕਿੱਦਾਂ ਭੱਜ ਭੱਜ ਡਈ ਕੰਮ ਕਰਨ। ਵੇਖਦੀ ਆ ਨਾ ਇਹਨੂੰ ਸ਼ਾਮਾਂ ਤੱਕ ਭਲਾ ਕੀ ਦਿੰਦੀ ਆ ਉਹ, ਅਤੇ ਕਿਹੜੇ ਮੈਡਲ ਪੈਂਦੇ। ਸ਼ੋ ਮੇਰੇ ਪੁੱਤ ਤੈਨੂੰ ਥੋੜ੍ਹੀ ਪੁੱਛ ਗਿਆ ਵਾ, ਤੂੰ ਤਾਂ ਮੇਰਾ ਹੀਰਾ ਪੁੱਤ ਵਾ। ਉੱਠੀ ਫਿਰ ਪਾਪਾ ਨਾਲ ਗੱਲ ਕਰਾਉਣੀ ਸੀ, ਪਾਪਾ 'ਚੋਂ ਫੋਨ ਆਇਆ ਸੀ, ਕਹਿੰਦਾ ਹੇ ਗੁਰੂਵਰ ਨਾ ਮੈਨੂੰ ਵੀਡੀਓ ਕਾਲ ਕਰਾਇਓ, ਠੀਕ ਹੈ ਜਦੋਂ ਉੱਠੂੰਗਾ ਫਿਰ ਮੈਂ ਤੇਰੀ ਗੱਲ ਕਰਾਉਂਦੀ ਹਾਂ ਆਪਣੇ ਪੁੱਤ ਹੀਰੇ ਦੀ। ਸ਼ੋ ਮੇਰਾ ਪੁੱਤ ਤੂੰ ਕਿਤੇ ਕਿੱਦਾਂ ਨਿੱਸਾ ਹੋਇਆ, ਮਾਸਾ ਸਿਹਤ ਹੀ ਨਹੀਂ ਬਣਦੀ, ਨਜ਼ਰਾਂ 'ਚੋਂ ਹੀ ਨਿਗਾਹ ਛੱਡਦੇ ਸਾਰਾ ਦਿਨ ਮੇਰੇ ਮੁੰਡੇ। ਚੱਲ ਮੈਂ ਥੱਲੇ ਕੀ ਕਰਨਾ, ਜਾ ਕੇ ਸੌਂਦੀ ਹਾਂ ਮੈਂ, ਠਹਿਰ ਕੇ ਜਾਊਂਗੀ ਥੱਲੇ ਅਤੇ ਫਿਰ ਮੈਂ ਪਕੌੜੇ 2 ਖਾ ਲੂੰਗੀ, ਉਹਨਾਂ ਪਰ ਮਾਂ ਪੁੱਤ ਸੌਂਦੀ ਹਾਂ। ਮੰਮੀ ਸੁੱਖ ਕਰ ਲੈਂਦੀ, ਤੁਸੀਂ ਐਵੇਂ ਡੇ ਜੇ ਕੱਲ੍ਹ ਤੁਸੀਂ ਲਾਗੇ ਬਹਿ ਜਾਓ ਮੰਮੀ ਦੇ। ਪੁੱਤ ਮੈਨੂੰ ਵੀ ਸਾਰਾ ਪਤਾ ਵਾ, ਗੁਰਵਰ ਤੇ ਰੋਣ ਡਿਆ, ਪਤਾ ਨਹੀਂ ਇੰਨਾ ਛੇੜੇ ਪਿਆ ਵਾ, ਉਹ ਤੇ ਹਿੱਲਣ ਨਹੀਂ ਦੇਣ ਡਿਆ ਨੂੰ ਉੱਥੇ, ਤੇ ਕੀ ਕਰਾਂ ਹੁਣ ਮੈਂ। ਜਿਸੇ ਕਰਕੇ ਤੁਹਾਨੂੰ ਆਖੀਦਾ ਵਾ ਵੀ ਟਾਈਮ ਨਾਲ ਉੱਠ ਕੇ ਤੇ ਟਾਈਮ ਨਾਲ ਸਾਰਾ ਘਰ ਦਾ ਕੰਮ ਕੀਤਾ ਹੋਵੇ, ਪਤਾ ਹੁੰਦਾ ਪ੍ਰਾਹੁਣੇ ਨੇ ਕਿਹੜੇ ਵੇਲੇ ਆ ਜਾਣਾ ਹੁੰਦਾ ਕਿਸੇ ਨਾ ਕਿਸੇ ਨੇ। ਮੰਮੀ ਮੈਂ ਤੇ ਕੀਤਾ ਹੀ ਹੈਗਾ। ਕੀਤਾ ਸੀਗਾ ਤੁਸੀਂ, ਕੀਤਾ ਹੁੰਦਾ ਰੇ ਫਿਰ ਤੁਸੀਂ ਇੱਦਾਂ ਇੱਕ ਦੂਜੇ ਦਾ ਤਾਂ ਨਾ ਲਾਉਣੇ, ਫਲਾਨੀ ਉੱਠੇ ਢਮਕਾਣੀ ਉੱਠੇ, ਇੱਦਾਂ ਨਹੀਂ ਨਾ ਹੋਣੀ ਚਾਹੀਦੀ ਸਾਂਝੇ ਘਰ ਦੇ ਵਿੱਚ, ਤੁਸੀਂ ਤੇ ਕਰਦੀਆਂ ਜਿੱਦਾਂ ਬਰਿਸਕਾਂ। ਤੈਨੂੰ ਨਹੀਂ ਪਤਾ ਲੱਗਣ ਡਿਆ ਮਾਸਾ ਵੀ ਤੂੰ ਕਦੋਂ ਦੀ ਤੂੰ ਪਾਰਕ ਲੈਣ ਗਈ, ਤੇ ਮੈਨੂੰ ਤੂੰ ਦੱਸਿਆ, ਮੈਨੂੰ ਤਾਂ ਸੁੱਖ ਨਹੀਂ ਦੱਸਿਆ, ਮੁੜ ਕੇ ਮੰਮੀ ਕਦੋਂ ਦੀ ਹੈ ਪਾਰਕ ਲੈਣ ਗਈ, ਤੂੰ ਮੈਨੂੰ ਜਦੋਂ ਟੱਕਰੀ ਬੂਹੇ 'ਚ। ਮੰਮੀ ਨੂੰ ਕਰਦੀ ਕਰਾਉਂਦੀ ਨੂੰ ਨਹੀਂ, ਫਿਰ ਤੈਨੂੰ ਟਿਕਣ ਦਿੰਦੇ ਤੇ ਉਹਨੂੰ ਤੇ ਵਿਹਲੀ ਨੂੰ ਉਹਦੇ ਸ਼ਾਬਾਸ਼ ਸ਼ਾਬਾਸ਼ ਕਰੀ ਜਾਂਦੇ ਜੇ। ਉਹ ਕਿੱਧਰ ਦੀ ਵਿਹਲੀ ਆ, ਤੈਨੂੰ ਪਤਾ ਨਹੀਂ ਲੱਗਣਾ ਉਹ ਕੋਈ ਕੰਮ ਨਹੀਂ ਕਰਦੀ, ਮੈਂ ਸਗੋਂ ਤੇਰੇ ਲਾਗੇ ਕੰਮ ਕਰਾਉਣ ਡਈ ਆ। ਨਹੀਂ ਨਿਆਣਾ ਉਹ ਡੈਡੀ ਨੂੰ ਵੀ ਚੁਕਾ ਹੀ ਸਕਦੀ ਹੈ ਨਾ, ਮਨਜੋਤ ਵਿਹਲੇ ਉਹਨਾਂ ਨੇ ਫੜ ਲੈਣਾ। ਜਦੋਂ ਨਿਆਣਾ ਜਿਹਦੇ ਪਿਆ ਹੋਵੇ ਨਾ ਉਦੋਂ ਮਾਂ ਕੋਈ ਨਿਆਣਾ ਚੁੱਪ ਕਰਦਾ ਵਾ, ਤੇ ਤੈਨੂੰ ਕਿਸੇ ਕੰਮ ਦੀ ਘਾਟ ਵਾ, ਕਿੰਨੇ ਤੇ ਤੇਰੇ ਲਾਗੋ ਮੈਂ ਭਾਂਡੇ ਮਾਂਜਣ ਡਈ ਆ। ਉਹੀ ਤੇ ਮੈਂ ਕਹਿਣ ਦੀ ਆ ਵੀ ਤੁਸੀਂ ਉੱਥੇ ਬੈਠੇ ਸੋਹਣੇ ਲੱਗਦੇ ਜੇ ਮੰਮੀ ਲਾਗੇ। ਮੰਮੀ ਲਾਗੇ ਮੈਂ ਬਹਿਣਾ ਵਾ ਹੁਣ ਕੇ, ਉਹ ਵੀ ਵਿਚਾਰੀ ਮਹਾਂ ਆਈ ਆ, ਉਹਨੇ ਆਖਣਾ ਵੀ ਭੈਣ ਜੀ ਕੰਮ ਕਰਨ ਡਿਆ ਵੀ ਅੱਗੋਂ ਪਿੱਛੋਂ ਭਾਵੇਂ ਮੈਂ ਨਾ ਕਰਾਂ, ਤੇ ਵਾਕਿਆ ਹੁਣ ਚੱਲ ਫਿਰ ਇੱਦਾਂ ਨਾ ਕਰੋ, ਉਹਨਾਂ ਕਹਿਣਾ ਇਹ ਜਾਣ ਜਾਣ ਕੇ ਸਿਰ ਚੜ ਕੇ ਤੇ ਮੰਨ ਜਾਂਦੀ ਹੈ, ਮੈਂ ਫਿਰ ਆ ਵੀ ਮੰਨ ਲੈਣੀ ਤੇ ਆ ਵੀ ਕਰ ਲੈਣੀ ਕਰ ਲਓ ਤੇ ਤੁਸੀਂ ਬਹੁ ਫਿਰ ਕਰੋ ਕਰੋ ਚੰਗਾ ਤੁਸੀਂ ਕਰਨਾ, ਮੈਂ ਹੁਣ ਠੇਕਾ ਥੋੜੀ ਲਿਆ ਸਾਰੀ ਉਮਰ ਦਾ, ਉਹ ਹੁਣ ਕੁੜਮਣੀ ਵਿਚਾਰੀ ਆਈ ਉਹਨੇ ਆਖਣਾ ਮੇਰੇ ਲਾਗੇ ਨਹੀਂ ਬੈਠੀ। ਉਹ ਤੇ ਮੈਂ ਕਹਿਣ ਦੀ ਵੀ ਤੁਸੀਂ ਹੁਣ ਸਾਬਣ ਲਾ ਕੇ ਇਹਨਾਂ ਨੂੰ ਰੱਖਤਾ ਜੇ ਤੇ ਤੁਸੀਂ ਉਦੋਂ ਹੀ ਉੱਥੇ ਜਾ ਕੇ ਬਹਿ ਜਾਂਦੇ। ਹੁਣ ਸਾਬਣ ਲਾਓ ਤੋ ਜੋ ਮਰਜ਼ੀ ਕਰੋ, ਮੈਥੋਂ ਨਹੀਂ ਹੁੰਦੇ ਪਖੰਡ, ਕਦੇ ਨਾ ਤੂੰ ਮੈਨੂੰ ਕਰਨ ਦਿੰਦੀ ਤੇ ਨਾ ਤੂੰ ਮੈਨੂੰ ਹਟਣ ਦਿੰਦੀ। ਪਖੰਡ ਤੇ ਪਖੰਡ ਕਦੇ ਕਰਨਾ, ਕਰਾਉਣਾ ਹੈ ਨਹੀਂ, ਸਤਾ ਕੇ ਚੱਲ ਜਾਣਾ।
ਹੁਣ ਮੈਂ ਦੱਸ ਇੱਧਰ ਪਕੌੜਿਆਂ ਵੱਲ ਕੜਛੀ ਫੇਰਾਂ ਕਿ ਜਾਂ ਉੱਧਰ ਨੂੰ ਕਰਾਂ ਮੈਂ। ਸਾਬਣ ਸੁੱਕ ਕੇ ਤੇ ਉਹ ਭਾਂਡੇ ਕਿੱਡੇ ਔਖੇ ਮਾਂਜੇ ਜਾਣੇ, ਤੇ ਨਾ ਉਹ ਵੀ ਕੱਢ ਲਓ ਤੇ ਉਹ ਵੀ ਕੱਢ ਲਓ। ਕਤਰਾਲੀ ਕਣਕ ਹੋਰ ਹਾਂ ਠੀਕ ਠਾਕ ਵਧੀਆ ਸਭ ਠੀਕ ਹੈ। ਮਰ ਅੰਦਰ ਮੈਂ ਇਨਵੈਂਟਰ ਮੁੱਕ ਨਾ ਜਾਵੇ ਤੇ ਲਾਈਟ ਤੇ ਬੰਦ ਸੀ ਤੇ ਤਾਂ ਕਰਕੇ ਮੈਂ ਹਵਾ ਰੱਖਦੇ ਆ। ਹੋਰ ਸੁਣਾ ਤੂੰ ਕਰਦਾ ਹਾਲ ਚਾਲ? ਘਰ ਸਭ ਠੀਕ ਠਾਕ ਡਈ ਸੀ, ਅਮਰਤ ਕੰਮ ਕੁੰਮ ਕਰਨ ਤੇ ਮੈਂ ਘੜੀ ਮੈਂ ਹੋ ਕੇ ਆਉਂਦੀ ਚਾਚੀ ਵੱਲੋਂ। ਅੱਛਾ ਅੱਛਾ ਠੀਕ ਠੀਕ ਹੈ। ਤੇ ਉਦਣ ਗੁੜੀ ਆਈ ਸੀ ਤੇ ਤੂੰ ਗੱਡੀ ਦਾ ਡੱਬਾ ਹੀ ਨਹੀਂ ਦਿੱਤਾ ਉਹਨੂੰ। ਗੱਡੀ ਦਾ ਡੱਬਾ ਉਹ ਮੈਂ ਵੇਖਿਆ ਨਹੀਂ ਉਹਦੇ ਹੱਥ 'ਚ। ਕਿਉਂ ਖਾਲੀ ਤੁਹਾਨੂੰ ਦੱਸ ਗਈ ਖਾਲੀ ਕਦੋਂ ਗਈ? ਦੱਸ ਕੇ ਤੇ ਨਹੀਂ ਗਈ ਪਰ ਉਹ ਜਿਹਦੇ ਹੱਥ 'ਚ ਹੈ ਨਹੀਂ ਸੀ ਕੁਛ। ਮੈਂ ਹੱਥ 'ਚ ਜਿਹਦਾ ਪਰਸ 'ਚ ਪੈਸੇ ਪਾ ਲੈਣੇ 500 ਰੁਪਏ ਦਿੱਤਾ ਹੀ ਉਹਨੇ। ਹਾਂ ਤੇ ਉਹਨੇ ਪਰਸ 'ਚ ਪਾ ਲਿਆ ਹੋਣਾ, ਹੁਣ ਡੱਬਾ ਤਾਂ ਰਾਹ 'ਚ ਹੀ ਖੜਦਾ ਹੋਣਾ, ਇੱਥੇ ਕਿਹੜਾ ਲਿਆਂਦਾ? ਅੱਛਾ ਅੱਛਾ ਮੈਂ ਅਸੀਂ ਭੁਲੇਖੇ ਜਾ ਮੈਂ ਹੈ ਪਿਆ ਇਹ ਘਰੇ ਗੁੜੀ ਆਈ ਸੀ ਅੱਗੇ ਆਉਂਦੀ ਰਹਿੰਦੀ ਭਾਬੀ ਉੱਥੇ ਆਇਓ ਉੱਥੇ ਇੱਕ ਉਹਦੀ ਸੱਸ ਬੜੀ ਤੇਜ਼ ਵਾ, ਉਹ ਗੱਲਾਂ ਲਾ ਲਾ ਕੇ ਮੈਨੂੰ ਨਾਲੇ ਵਿੱਚ ਕਰਦੀ, ਮੈਨੂੰ ਤਾਂ ਫਿਰ ਖਿੱਚ ਚੜ ਜਾਂਦੀ। ਤੁਹਾਨੂੰ ਪਤਾ ਮੇਰਾ ਤਾਂ ਕਾਲਾ ਸੁਭਾਅ, ਫਿਰ ਮੈਂ ਤਾਂ ਜਰਦੀ ਨਹੀਂ ਤੇ ਮੈਂ ਜੇ ਜਵਾਬ ਦੇਣਾ ਫਿਰ ਕਹਿਣਾ ਭਾਬੀ ਸਾਡੇ ਘਰ ਫਸਾਦ ਪਾ ਗਈ। ਨਹੀਂ ਨਹੀਂ ਇਹਦੀ ਗੱਲ ਕੋਈ ਨਹੀਂ ਹੁੰਦੀ, ਤੂੰ ਜਾਇਆ ਕਰ ਕੁਛ ਨਹੀਂ ਹੁੰਦੀ, ਉਹ ਆਪੇ ਹਟ ਜੂਗੀ ਗੱਲ ਕਰਨਾ। ਜਾਣਾ ਤਾਂ ਹੈ ਮੈਂ ਭਾਜੀ ਉਹਦੇ ਨਾਲ ਪਰ ਮੈਨੂੰ ਉਹਦੀ ਸੱਸ ਦਾ ਸੁਭਾਅ ਨਹੀਂ ਚੰਗਾ ਲੱਗਦਾ। ਅੱਛਾ ਤਾਂ ਕਰਕੇ ਨਹੀਂ ਜਾਂਦੀ, ਜੇ ਤੂੰ ਚੰਗਾ ਕਰਦੀ ਹੋ ਤਾਂ ਸਗੋਂ ਆਪ ਡੱਬਾ ਲੈ ਕੇ ਜਾ ਰਹੀ ਹੋ, ਸੱਸ ਦਾ ਮੂੰਹ ਬੰਦ ਹੋ ਜਾਂਦਾ। ਤੇ ਆਪ ਕਿਹੜਾ ਉਹਨੇ ਫੋਨ ਕਰਕੇ ਕਿਤੇ ਵਧਾਈ ਦਿੱਤੀ, ਮੈਨੂੰ ਤਾਂ ਫੋਨ ਕੀਤਾ ਹੀ ਨਹੀਂ, ਅਮਰਤ ਨੂੰ ਤਾਂ ਡੈਡੀ ਆਪਣੇ ਨੇ ਫੋਨ ਕਰਕੇ ਵਧਾਈ ਦੇ ਹੜੀ ਗੱਡੀ ਦੀ। ਅੱਛਾ ਅੱਛਾ ਠੀਕ ਠੀਕ। ਤੇ ਹੁਣ ਉਦੋਂ ਚਾਹ ਚੜਿਆ ਤਾਂ ਫਿਰ ਆ ਗਈ, ਮੈਂ ਉਹ ਵੀ ਮੈਂ ਕਿਹਾ ਮੈਂ ਉਹਨੂੰ ਕਿਹੜਾ ਚਾਹ ਚੜਿਆ ਤੇ ਫਿਰ ਆਈ, ਉਹ ਵੀ ਇਹਨਾਂ ਦੱਸਦਾ ਹੋਣਾ ਉਹਨੂੰ। ਅੱਛਾ ਫੋਨ ਦੇ ਵੇਲੇ ਜਾ ਕੇ ਪਿਓ ਕੀ ਕਰਦੇ ਆ ਗੱਲ, ਮੇਰੇ ਨਾਲ ਸਾਹਮਣੇ ਤਾਂ ਗੱਲ ਹੀ ਨਹੀਂ ਕਰਦੇ। ਲੈ ਲਾ ਲੰਗਰ ਲੈ ਹੀ ਆਵਾਂ ਵੇਲੀਆਂ ਜਾ ਕੇ ਫਿਰ ਬਹਿੰਦਾ। ਲੈ ਹੁਣ ਇੱਧਰ ਆ ਕੇ ਬਹਿ ਗਈ, ਇਹਦੇ ਘਰ ਨਹੀਂ ਪੈਰ ਲੱਗਦੇ, ਚੁਗਲੀਆਂ ਕਰਨੀਆਂ ਇਹਨੇ ਹੋਰ ਕਰਨੀਆਂ ਕੀ ਆ, ਉਹ ਜੀ ਚਾਚੀ ਆ ਉਹ ਜੀ ਇਹ ਦੋਵੇਂ ਰਲੀਆਂ ਵਾ, ਉਹ ਉਹਨੂੰ ਦੱਸਦੀ ਰਹਿੰਦੀ ਉਹਨੂੰ ਦੱਸਦੀ ਰਹਿੰਦੀ ਆ, ਇੱਕ ਟਾਈਮ ਨਹੀਂ ਇਹਨਾਂ ਦਾ ਕਿਤੇ ਜ਼ਬਾਨ ਬੰਦ ਹੁੰਦੀ, ਕਿਤੇ ਜ਼ਬਾਨ ਬੰਦ ਹੋ ਜਾਵੇ ਇਹਨਾਂ ਦੀ। ਚਾਚੀ ਉਹਦੀਆਂ ਸੁਣਦੀ ਰਹਿੰਦੀ ਉਹਦੀਆਂ ਸੁਣਦੀ ਰਹਿੰਦੀ, ਆਪੋ ਚੰਦੀ ਦੋਵੇਂ ਲੱਗੀਆਂ ਰਹਿੰਦੀਆਂ। ਪਤਾ ਨਹੀਂ ਕਿੱਥੇ ਚੱਲ ਗਈਆਂ ਮੈਨੂੰ ਬਾਹਲ ਕੇ, ਮੈਂ ਇਕੱਲੀ ਬੈਠੀ ਹਾਂ ਇਹ ਨਹੀਂ ਪਤਾ ਵੀ। ਤੈਨੂੰ ਮੰਜੇ ਤੇ ਮਿਲਣੀ ਆ, ਤੇ ਸੁੱਖ ਵੀ ਭੈਣ ਜੀ ਅਥਰੀ ਜੀ ਗਿੱਜੀ ਉਹ ਆਪਣੇ ਮਾਪਿਆਂ ਦੀ, ਤੇ ਉਹ ਇਦਾਂ ਹੀ ਆਣ ਕੇ ਤੇ ਮੁੜਕੇ ਡਈ ਰਹਿੰਦੀ, ਕਦੀ ਉੱਥੇ ਬਹੁ ਕਦੀ ਉੱਥੇ ਬਹੁਤ, ਕੰਮ ਤੇ ਉਹ ਸਵੇਰੇ ਨਿਬੇੜ ਲੈਂਦੀ ਸਾਰਾ ਸਵਖਤ ਹੀ। ਤੇ ਪਰ ਨਹੀਂ ਲੈ ਦੱਸ ਭੈਣ ਜੀ ਇਦਾਂ ਕਿੱਦਾਂ ਤੁਸੀਂ ਕਹਿਣ ਡੈ ਪੇ ਜੇ, ਇਦਾਂ ਦੀ ਨੀ ਕੱਲ ਸੁੱਖ ਬਹੁਤ ਕੰਮ ਕਰਦੀ ਆ। ਕਰਦੀ ਤੇ ਹੁਣ ਕੁੜੀ ਦੇ ਨਾਲ ਕਰਾ ਲੈਂਦੀ, ਚਲੋ ਕਰਦੀ, ਮੈਨੂੰ ਵੀ ਪਤਾ ਲੱਗਦਾ ਵੀ ਉਹ ਕੁੜੀ ਦੇ ਨਾਲ ਕੰਮ ਕਰਾਉਣ ਡਈ, ਉਹ ਕੱਲੀ ਵਿਚਾਰੀ ਚੌਂਕੀ ਚ ਡਈ। ਕੋਈ ਨੀ ਹੁਣ ਉਹਦਾ ਨਿਆਣਾ ਰੋਣ ਡਿਆ ਵਾ ਤੇ ਹੁਣ ਨਿਆਣਾ ਥੋੜੀ ਰਵਾਉਣਾ ਵਾ, ਕੋਈ ਨੀ ਹੁਣ ਮੈਂ ਤਾਂ ਹੀ ਤੇ ਦੋਹਰੇ ਗਈ ਵੀ ਭੈਣਾ ਛੇਤੀ ਲਿਆ ਚਾਹ। ਚੱਲ ਕੋਈ ਗੱਲ ਨੀ, ਚਾਹ ਦੀ ਕਿਹੜੀ ਗੱਲ ਵਾ, ਭੈਣ ਜੀ ਕਦੋਂ ਦੀ ਆਈ ਆ, ਫੇਰ ਕੀ ਹੋ ਗਿਆ, ਚਲੋ ਕੋਈ ਨੀ, ਚਾਹ ਦੀ ਨੀ ਕੋਈ ਬਹੁਤੀ ਗੱਲ ਹੈਗੀ,
ਇੰਨਾ ਹੀ ਬੜਾ ਹੁੰਦਾ ਜਿਹੜਾ ਭੈਣ ਭਰਾ ਬਹਿ ਕੇ ਲਾਗੇ ਖੁਸ਼ੀ ਦੇ ਨਾਲ ਮਿਲ ਲੈ। ਨਹੀਂ ਨਹੀਂ ਹੁਣ ਕਿੱਥੇ ਜਾਣਾ, ਹੁਣ ਤਾਂ 2-4 ਦਿਨ ਰੱਖਣਾ ਵਾ। ਖਾਣ ਦੀ ਕਿਹੜੀ ਗੱਲ ਭੈਣ, ਨਹੀਂ ਚਲੋ ਉਹ ਢਿੱਡ ਤੇ ਹੁਣ ਭੈਣ ਜੀ ਨਾਲ ਹੀ ਆ, ਜਦੋਂ ਘਰੋਂ ਤੁਰੀਏ ਛੇਰ ਛੇਰੀ ਉਦੋਂ ਤੇ ਕੋਈ ਚੀਜ਼ ਖਾਈ ਦੀ ਫਟਾਫਟ ਤੇ ਆਖੀ ਦਾ ਟਾਈਮ ਨਾਲ ਚੱਲ ਜਾਈਏ, ਤੁਸੀਂ ਤਾਂ ਅੱਗੇ ਬੜਾ ਲੇਟ ਆਏ ਆ। ਚਲੋ ਕੋਈ ਗੱਲ ਨੀ, ਆਹੋ ਸੁੱਖ ਕੰਮ ਬਥੇਰਾ ਕਰਦੀ ਆ, ਸੁੱਖ ਦੀ ਨੀ ਕੋਈ ਗੱਲ, ਵੀ ਇਹੋ ਹੀ ਜਿੱਲੀ ਆ, ਜਿੱਲੀ ਆ ਮਨਪ੍ਰੀਤ ਜਈ ਤੇ ਰਹਿੰਦੀ ਆ ਵਿਚਾਰੀ। ਮਨਪ੍ਰੀਤ ਕਿਹੜਾ ਕੰਮ ਨੀ ਗੀ ਕਰਦੀ, ਸਾਰੀ ਦਿਹਾੜੀ ਤੇ ਤੁਸੀਂ ਉਹਨੂੰ ਰਸੋਈ ਚ ਵਾੜ ਚੜਦੇ ਹੀ। ਡਈ ਤੇ ਰਹਿੰਦੀ ਆ, ਉਹਦੇ ਲਾਗੇ ਤੇ ਸੁੱਖ ਸਾਰਾ ਕੰਮ ਕਰ ਲੈਂਦੀ ਆ, ਉਹ ਜਦੋਂ ਇੱਕ ਚੀਜ਼ ਨੂੰ ਫੜਦੀ ਆ ਤੇ ਉਹ ਮੁੜ ਕੇ ਮੁੱਕਣ ਹੀ ਨਹੀਂ ਦਿੰਦੀ ਕੰਮ। ਉਹਦੇ ਕੋਲੋਂ ਮੈਂ ਕਈ ਵਾਰ ਹੱਥੋਂ ਫੜ ਫੜ ਕੇ ਚੀਜ਼ਾਂ ਮੈਂ ਨਹੀਂ ਪੀਲਿਆ ਫੜਾ ਦੀ, ਤੂੰ ਇੱਧਰ ਮੈਂ ਕਰ ਲੈਂਦੀ ਆ, ਤੇ ਫਿਰ ਉਹਨੂੰ ਮੈਂ ਆਖੂ ਜਾ ਤੂੰ ਆਟਾ ਹੀ ਗੁੰਨ ਲਾ, ਜੇ ਆਟਾ ਗੁੰਨਣ ਡੈਂਦੀ ਆ ਤੇ ਫਿਰ ਉਹ ਆਟਾ ਗੁੰਨਦੀ ਤੇ ਕਦੇ ਅੱਧਾ ਘੰਟਾ ਲਾ ਦਿੰਦੀ ਆ। ਬੰਦਾ ਐਵੇਂ ਹੀ ਆ ਆਟਾ, ਭੈਣ ਜੀ ਸੁੱਖ ਦੀਆਂ ਜਿਆਦੀਆਂ ਸਿਫਤਾਂ ਕਰਦੇ ਹੀ ਭੈਣ ਜੀ, ਸੁੱਖ ਤੇ ਸੁਮਨ ਵੀ ਮੈਨੂੰ ਆਪਣੇ ਥਾਂ ਵਾ, ਮਨਪ੍ਰੀਤ ਵੀ ਆਪਣੇ ਥਾਂ ਵਾ, ਸੁੱਖ ਦੀਆਂ ਸਿਫਤਾਂ ਜਿਆਦੀਆਂ ਮੈਂ ਕੀ ਕਰਨੀਆਂ, ਸੁੱਖ ਵੀ ਓਦਾਂ ਦੀ ਮੈਨੂੰ ਤੇ ਇਹ ਵੀ ਓਦਾਂ ਦੀਆਂ ਵਾ। ਹੈ ਤਾਂ ਧੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ, ਪਰ ਤੁਸੀਂ ਉਹਦੀ ਜਿਆਦੀ ਸਪੋਰਟ ਕਰਦੇ ਭਾਵੇਂ ਮੇਰਾ ਤੁਸੀਂ ਗੁੱਸਾ ਹੀ ਕਰੋ। ਨਹੀਂ ਨਹੀਂ ਗੁੱਸਾ ਮੈਂ ਕੀ ਕਰਨਾ ਵਾ, ਚੱਲ ਅੱਛਾ ਕੋਈ ਗੱਲ ਨੀ, ਜੋ ਤੁਸੀਂ ਕਹਿੰਦੇ ਠੀਕ ਹੀ ਠੀਕ ਆ। ਹੁਣ ਅਸੀਂ ਆਪਣੀ ਸੁਮਨ ਦਾ ਰੱਖਣਾ ਨਾ ਹਿਸਾਬ ਕਿਤਾਬ ਸਹੀ, ਉਹਨੂੰ ਨੀ ਕੰਮ ਕਰਨ ਦੇਣਾ, ਤੁਹਾਡੀ ਧੀ ਤੇ ਸੌਖੀ ਆ ਨਾ, ਤੁਹਾਨੂੰ ਕੀ ਲੱਗੇ ਹੁਣ ਕੋਈ ਕਰਦਾ ਰਵੇ ਨਾ ਕਰਦਾ ਰਵੇ, ਕੋਈ ਗੱਲ ਨੀ। ਚਲੋ ਅੱਛਾ, ਆਹੋ ਤੁਸੀਂ ਤਾਂ ਮੈਂ ਕਿਹਾ ਤੁਸੀਂ 2-4 ਦਿਨ ਸਗੋਂ ਰਹੋ ਲਾਗੇ, ਨਾਲੇ ਆਪਣੀ ਧੀ ਨੂੰ ਵੇਖੋ ਵੀ ਪੁੱਛਦੇ ਗਿੱਛਦੇ ਆ ਕਿ ਨਹੀਂ ਪੁੱਛਦੇ ਗਿੱਛਦੇ। ਚਲੋ ਕੋਈ ਗੱਲ ਨੀ, ਆਹੋ ਵੇਖ ਲੈਨੇ ਆ। ਭਾਬੀ ਭੰਜ ਕਿੱਥੇ ਚੱਲੇ ਤੇ ਬਹਿ ਜਾ ਘੜੀ, ਨਹੀਂ ਬਹਿਣਾ ਕੀ ਘੜੀ, ਘਰੋਂ ਕਿਹੜਾ ਨਿਕਲਿਆ ਜਾਣੇ, ਮੈਂ ਦੂਜੀ ਚਾਚੀ ਘਰੋਂ। ਭਾਬੀ ਆ ਵੇਖ ਲੈ, ਆ ਗਈ ਬਾਜੂ, ਤੂੰ ਕਹਿਣਾ ਸਹੀ ਨੀ ਭਾਂਡੇ ਮਾਂਜੇ। ਭਾਬੀ ਪਾਣੀ ਪੈਣ ਵਾਲਾ ਸੁੱਕੇ ਆ ਤੇ ਫੁੱਲ ਵੇਖੋ ਕਿੱਦਾਂ ਖੱਟੇ ਖੱਟੇ ਹੋ ਗਏ ਹੁਣ, ਆ ਪੀਲੇ ਤਾਂ ਓਦਾਂ ਹੀ ਓਦਾਂ ਵੀ ਪੀਲੇ ਪੀਲੇ ਸੁੱਕਣ ਡੈ ਪਏ ਆ। ਗਰਮੀ ਆ ਨਾ ਤੇ ਗਰਮੀ ਦੇ ਕਰਕੇ ਇਦਾਂ ਹੋ ਜਾਂਦਾ ਵਾ। ਕੀ ਕਰਦੇ ਆਈ ਹੂੰ? ਕੁਛ ਨਹੀਂ, ਘਰ ਦਾ ਕੰਮ ਹੀ ਕਰਦੀ ਆਈ, ਉਹ ਕਰਨਾ ਇਹਨੇ ਕੀ ਆ, ਵਿਹਲੀ ਹੈਗੀ ਆ। ਚਲ ਆ ਜੂ ਨਾ, ਇਹਨੂੰ ਕੋਈ ਕੰਮ ਆ ਨਾ ਕਰ, ਪਹਿਲਾਂ ਉਹ ਘਰ ਬੈਠੀ ਹੋਣਾ, ਘਰ ਆ ਗਈ ਆ। ਕੁੜੀ ਨੂੰ ਆਰਡਰ ਚਲਾਈ ਜਾਂਦੀ ਆ ਵੀ ਤੂੰ ਆਹ ਕਰ ਲਾ, ਤੂੰ ਆਹ ਕਰ ਲਾ, ਤੂੰ ਆਹ ਕਰ ਲਾ। ਹਾਏ ਡੈਡੀ ਨੇ ਵੇਖ ਲਿਆ, ਹੁਣ ਬੁੜ ਬੁੜ ਕਰਨਾ ਇਹਨੇ ਤੇ, ਮਤਲਬ ਤੇ ਮੇਰੀਆਂ ਗੱਲਾਂ ਕਰਦੀ, ਮੈਂ ਕਿਹੜਾ ਨਿਕਲਦੀ ਹੀ ਘਰੋਂ, ਇਹਨਾਂ ਦੋਵਾਂ ਪਿਓ ਵੀ ਤੀਨ ਧੋਣੇ ਧੋਣੇ ਮੇਰੇ। ਚੱਲ ਮਾਂਜ ਤਾਂ ਮੈਂ ਦਿੱਤੇ, ਹੁਣ ਪਤਾ ਨਹੀਂ ਉਹਨੂੰ ਪਸੰਦ ਹੁੰਦੇ ਕਿ ਨਹੀਂ ਹੁੰਦੇ, ਮੇਰੇ ਤਾਂ ਹੱਥ ਰਹਿ ਗਏ ਮਾਂਜ ਮਾਂਜ ਕੇ ਨਾਲ। ਹਾਏ ਤੂੰ ਨਾ ਡਿੱਗ ਜੀ ਕਿਤੇ, ਕਾਲਕ ਤੇ ਉੱਤੋਂ ਲੱਥ ਦੇਣੀ ਆ ਤੇ ਨਾ ਹੀ ਭਾਬੀ ਨੇ ਮਿੱਟੀ ਮੰਨ ਲਈ ਹੁੰਦੀ ਆ। ਮਾਂਜੇ ਤੇ ਬੜੇ ਆ, ਹੁਣ ਮੇਰੇ ਦੁਆਲੇ ਨਾ ਹਜੇ ਆ ਕੇ ਹੱਥਾਂ ਨੂੰ ਵੀ ਲੱਗ ਗਈ ਸਾਰੀ। ਅਮਰਤ ਪੁੱਤ ਕੀ ਕਰਨ ਡਈ ਆ? ਕੁਛ ਨੀ ਡੈਡੀ ਜੀ, ਆ ਕੁੱਕਰ ਤੇ ਤਸਲਾ ਜਿਹਾ ਸਾਫ਼ ਕਰਨ ਡਈ ਸੀ, ਭਾਬੀ ਕਹਿੰਦੀ ਕਰਦੇ ਤੇ ਹੁਣ ਕੀਤਾ ਹੀ, ਉਹ ਪਤਾ ਨੀ ਉਹਨੂੰ ਪਸੰਦ ਆਉਂਦਾ ਕਿ ਨਹੀਂ ਆਉਂਦਾ। ਉਹਦੇ ਨੀ ਪਸੰਦ ਆਉਣਾ? ਬੜਾ ਡੈਡੀ ਜੀ ਜ਼ੋਰ ਲੱਗਾ ਮੈਨੂੰ, ਇੱਥੋਂ ਤਾਂ ਕਾਲਕ ਹੀ ਨਹੀਂ ਲੱਥ ਦੀ, ਕਿਤੇ ਮੈਂ ਮਲ ਮਲ ਮਿੱਟੀ ਮਾਰ ਮਾਰ ਕੇ ਉਹ ਕੂਚਾ ਜਿਹਾ ਜਿਹੜਾ ਹੁੰਦਾ ਸਟੀਲ ਵਾਲਾ ਉਹ ਮਾਰ ਮਾਰ ਕੇ ਲਾਇਆ ਤੇ ਬੜੇ ਔਖੇ ਲੱਥੇ ਹੀ ਉਹ। ਫਿਰ ਤੂੰ ਰਹਿਣ ਦੇਣਾ, ਤੂੰ ਕਾਤੋਂ ਖੜਦੀ ਰਹੀ ਐ ਰਹਿੰਦੀ ਐ? ਮੈਂ ਕਿਹਾ ਫਿਰ ਉਹਨੇ ਆ ਕੇ ਬੋਲਣਾ ਵਾ, ਚੱਲ ਕਰ ਦਿੰਨੀ ਆ। ਆਹੋ ਕੋਈ ਵਿਹਲੀ ਆ ਉਹ, ਕੀ ਨੌਕਰੀ ਤੇ ਨਹੀਂ ਕਰਨ ਡਈ ਕੋਈ? ਨੌਕਰੀ ਤੇ ਕਰਨ ਡਈ, ਫਿਰ ਰੋ ਰੋ ਕਲੇਸ਼ ਪਾ ਕੇ ਕੀ ਕਰਨਾ? ਤੂੰ ਆਪ ਤਾਂ ਹੁਣ ਘਰ ਘਰ ਤੁਰੀ ਫਿਰਦੀ ਆ ਜਿੱਦਾਂ ਰਾਸ਼ਨ ਵੰਡਦੀ ਹੁੰਦੀ ਆ।
ਚਲੋ ਤੁਸੀਂ ਕਿੱਥੋਂ ਆਏ ਜੇ? ਮੈਂ ਡੰਗਰ ਡੁੰਗਰ ਪੱਠੇ ਪੁੱਠੇ ਪਾ ਕੇ ਆਇਆ। ਪਾਣੀ ਪਾਣੀ ਲਿਆਵਾਂ? ਲਿਆ ਦੇ ਕਿਤੇ ਦੇ ਗਲਾਸ ਪਾਣੀ। ਇਹਦਾ ਨਹੀਂ ਕਲੇਸ਼ ਮੁੱਕਣਾ ਕਿਸੇ ਦਿਨ ਵੀ। ਮੁੜਕੋ ਮੁੜਕੇ ਅੱਗੇ ਗਰਮੀ ਕਿੰਨੀ ਹੈ, ਘੜੀ ਸਾਹ ਲੈਣੀ ਹੈ। ਅਮਰਤ ਪਾਣੀ ਲਿਆਈ ਨੀ ਘੁੱਟ ਮੇਰੇ ਲਈ? ਹਾਲ ਡੇਢ ਚ ਪਾਣੀ ਇਹਨੂੰ ਪੀ ਪੀ ਲੈਂਦੇ। ਘਰ ਘਰ ਘੁੰਮ ਕੇ ਸਾਹ ਚੜ ਗਿਆ ਇਹਨੂੰ। ਭਾਬੀ ਮੈਂ ਡੈਡੀ ਵਾਸਤੇ ਲਿਆਂਦਾ ਸੀ ਪਾਣੀ। ਨੀ ਪੀ ਤੇ ਲੈਣ ਦੋ। ਪੀ ਲੈਂਦੇ ਇਹਨੂੰ, ਥੋੜੇ ਘਰ ਘੁੰਮੀ ਆ। ਤੁਸੀਂ ਫਿਰ ਕਿਆ ਥੱਕ ਗਏ ਜੇ? ਹੋਰ ਆਧਾਰ ਕਾਰਡ ਵੰਡਣ ਡਈ ਜੀ। ਅੱਜ ਮੈਂ ਚਲੀ ਗਈ, ਤੁਸੀਂ ਕੀ ਰੌਲਾ ਪਾਤਾ? ਭਾਂਡੇ ਮਾਂਜ ਲਏ ਹੁੰਦੇ ਇਹਨੂੰ? ਆਹ ਮਾਂਜ ਲਿਆ ਹੀ ਕੋਈ। ਆ ਕੂਕਰ ਮਾਂਜਿਆ ਹੀ ਤੇ ਤਸਲਾ ਉਦਾਂ ਹੀ ਕਾਲਖ ਲੱਗੀ ਏ। ਤੇ ਚੰਗਾ ਭਲਾ ਤੇ ਭਾਬੀ ਮਾਂਜਿਆ ਤੂੰ ਉਦਾਂ ਵੀ ਕੋਟ ਕੋਟ ਨਹੀਂ ਮਾਰਦੀ ਤੇ ਤੇਰੇ ਨੋ ਅੱਜ ਮੈਂ ਮਾਂਜ ਲੈਣੀ ਆ। ਤੂੰ ਤੂੰ ਕਿੱਥੇ ਗਈ? ਤੂੰ ਗਈ ਆ ਕਿਤੇ? ਤੇ ਅੱਗੇ ਮੈਂ ਹੀ ਮਾਂਜਦੀ ਤੂੰ ਕਰ ਕਰਕੇ ਤੂੰ ਫੇਰਦੀ ਤੂੰ ਮਾਂਜਦੀ ਆ। ਅੱਜ ਜਿਵੇਂ ਕਹਿ ਗਈ ਇਹਨੂੰ ਮਾਂਜ ਲਾ। ਆਹੋ ਨਹੀਂ ਚੰਗਾ ਮਾਂਜਿਆ ਮੈਂ ਤੇ ਹਾਂ ਕੋਟ ਪਰ ਨਹੀਂ ਚੰਗਾ। ਜਦੋਂ ਵੱਡੀ ਕੁੜੀ ਉੱਥੇ ਰਹੀ ਜਾਂਦੀ ਇਹ ਵੀ ਰਹਿ ਪੂਗੀ। ਚਾਰ ਦਿਨ ਹੋ ਗਏ ਉਦੋਂ ਤਾਂ ਆ ਵੀ ਧਰ ਲੋ ਜੇ ਕੁੱਕਰ ਦੇ ਉਦਣ ਗੈਸ ਮੁੱਕਾ ਤਾਂ ਹੀ ਕੁੱਕਰ ਦੇ ਕਾਲੇ ਹੋਏ ਆ, ਕਾਲੇ ਹੋਏ ਆ ਚੁੱਲ੍ਹੇ ਦੇ। ਤਾਂ ਫਿਰ ਮੁੜ ਕੇ ਧੋਤੇ ਜਾਣਗੇ? ਕੁੰਗਾ ਧੋਖਾ ਪਾਤੀ ਆ ਜਾਣਗੇ ਤਾਂ ਫਿਰ ਆਪ ਧੋਲਿਆ ਕਰ ਲਿਆ ਕਰ। ਅਲਾ ਆਪ ਹੀ ਧੋਨੀ ਰੋ ਆਪ ਕਰ ਧੋਨੀ ਆ ਤੂੰ ਜੈਂਟਲਮੈਨ ਬਣ ਕੇ ਘਰ ਘਰ ਤੁਰੀ ਫਿਰਦੀ ਆ। ਅੱਜ ਹੀ ਗਈ, ਅੱਜ ਹੀ ਗਈ ਜੇ ਤੁਸੀਂ ਯਹੀ ਰੋਜ਼ ਅਮਰਤ ਤੇ ਅਮਰਤ ਰੋਜ਼ ਚਾਚੀ ਘਰ ਬੈਠੀ ਹੁੰਦੀ ਜੀ। ਅੱਜ ਕੋਈ ਨਹੀਂ ਮਿਰਕੀ ਚੱਲ ਗਈ ਆ ਬੈਠੀ ਆ। ਨਹੀਂ ਤੀ ਜੀ ਏਜੰਟ ਵਾਲੀਆਂ ਉਹਦਾ ਜੇ ਵਿਆਹੀ ਵੀ ਨਹੀਂ ਟੀਚਰ ਲੱਗੀ ਆਈ ਆ। ਟੀਚਰ ਉਦੋਂ ਲੱਭ ਲੈਂਦੇ ਟੀਚਰ ਜਾਂ ਨਰਸ ਲੈਣੀ ਸੀ ਉਦੋਂ? ਉਹ ਤਾਂ ਵਿਚੋਲੇ ਦਾ ਬੇੜਾ ਕਰਕੇ ਗਿਆ ਨੀ। ਮੈਂ ਤਾਂ ਆਪ ਨਹੀਂ ਵਿਚੋਲਿਆਂ ਦਾ ਥੇ ਹੋ ਜੇ ਉਹਨਾਂ ਮੈਨੂੰ ਇੱਥੇ ਡੋਬਤਾ ਇਹੋ ਜਿਹੇ ਟੱਬਰ ਚ ਦਾ ਬੇੜਾ ਕਰਕੇ ਨਹੀਂ ਇਹ ਜੇ ਦਾ। ਅਸੀਂ ਤਾਂ ਉਦਣ ਦੇ ਦੁਖੀ ਆ, ਕੁੜੀ ਦੇ ਦੁਸ਼ਵੈਰ ਪਈ ਆਏ। ਉਹਦੇ ਧਿਆਨ ਨਾਲ ਸ਼ਾਮੂ ਧਿਆਨ ਰੱਖੀ ਵੀਰ ਦਾ। ਮੈਂ ਇਹਨੂੰ ਗੁਰਵਰ ਨੂੰ ਉਧਰ ਲੱਭਦਾ ਆਇਆ ਵਾ ਡੈਡੀ ਇਹਦੇ ਇੱਥੇ ਫਿਰਨ ਡਿਆ ਆ ਨੂੰ। ਉਹਦੇ ਘਰ ਅੱਤ ਚੁੱਕੀ ਸੁੱਖ ਨੇ ਵੀ ਮੇਰਾ ਮੁੰਡਾ ਕਿੱਥੇ ਆ, ਮੇਰਾ ਮੁੰਡਾ ਕਿੱਥੇ ਆ, ਤੇ ਮੈਂ ਉਧਰ ਵੀਦਾ ਰਿਹਾ। ਉਹ ਕਹਿੰਦੇ ਤੇਰੇ ਨਾਲ ਆ ਗਿਆ। ਨਹੀਂ ਇੱਥੇ ਤਾਂ ਫਿਰਨ ਡਿਆ, ਮੈਂ ਆਵਾਜ਼ ਮਾਰੀ ਇਹਨੂੰ। ਉਹ ਤੈਨੂੰ ਨਾ ਕੰਮ ਕਰਨ ਦਾ ਕਿਉਂ ਐਵੇਂ ਕੰਡ ਕੁੰਡ ਲੜੂਗੀ ਨਿਆਣੇ ਦੇ? ਉਹ ਮੁੜ ਕੇ ਤੈਨੂੰ ਪਤਾ ਚਾਟੀ ਕੋਈ ਗੱਲ ਹੋ ਜੇ ਉਹ ਮਨਪ੍ਰੀਤ ਦੇ ਦੁਆਲੇ ਹੋ ਜਾਂਦੀ ਆ। ਡੈਡੀ ਮੈਂ ਕੀ ਮਾੜਾ ਕੀਤਾ ਵਾ, ਤੇਰਾ ਫਿਰਨ ਡਿਆ ਮੈਂ ਆਵਾਜ਼ ਮਾਰ ਲਈ ਨਾਲੇ ਅੱਖਾਂ ਸਾਹਮਣੇ ਪੱਠੇ ਪਾਉਣੇ ਗਿਆ। ਕੋਈ ਨਹੀਂ ਆਵਾਜ਼ ਮਾਰ ਲਈ ਤਾਂ ਵੀ ਕੋਈ ਨਹੀਂ, ਤੇਰਾ ਤੂੰ ਕਰਦਾ ਬੜਾ ਲਾਡ ਵਾ ਤਾਂ ਹੀ ਕਰਕੇ ਆ ਗਿਆ ਵਾ। ਉਹ ਵੇਡਿਆ ਪੱਠੇ ਪਾਉਣ ਉਹ ਜੇ ਉਹਨੂੰ ਇੰਨਾ ਫਿਕਰ ਮੰਮਾ ਛੱਡਣ ਦੀ ਕਰ। ਨਹੀਂ ਜੇ ਉਹਨੂੰ ਇੰਨਾ ਫਿਕਰ ਸੀ ਮੰਮਾ ਛੱਡਣ ਦੀ, ਹਾਂ ਜੇ ਉਹਨੂੰ ਇੰਨਾ ਫਿਕਰ ਸੀ ਤੇ ਖਿਆਲ ਰੱਖਦੀ ਨਾ ਉਹਦਾ। ਉਹ ਰੱਖਦੀ ਤੇ ਹੈਗੀ ਆ, ਕੀ ਕਰਨਾ ਤੇ ਕੀ ਨਹੀਂ ਕਰਨਾ, ਬੋਲ ਬਰਾ ਹੀ ਬੜਾ ਕਰਦੀ ਆ ਤੇ ਜਿੱਦੀ ਬੜਾ ਵਾ ਤੇ ਆਹ ਸੁੱਤੀ ਨਹੀਂ ਉੱਠ ਕੇ ਜਰਾ ਆ ਗਿਆ ਨਾ। ਉਹੀ ਨਾ ਇਹਨੇ ਸਵਾਲਿਆ ਕਿਤੇ ਉਹਦੀ ਮੁੰਡਾ ਪਰ ਨਹੀਂ ਕਿੱਥੇ ਗਿਆ ਮੁੰਡਾ, ਮੈਂ ਉਹ ਉਧਰ ਲੱਭਦਾ ਆਇਆ ਉਹਨਾਂ ਦੇ ਘਰ।
ਨਹੀਂ ਇੱਥੇ ਦਾ ਫਿੰਡ ਯਾਰ, ਮੈਂ ਚੱਲ ਇਕੱਠੇ ਕੰਮ ਕਰਦੇ ਆ। ਅੱਛਾ ਅੱਛਾ ਨਾਲ ਕੋਈ ਗੱਲ ਨਹੀਂ ਗੀ, ਭੈਣ ਨਿਆਣੇ ਨੂੰ ਕੰਡ ਕੁੰਡ ਲੜੂਗੀ, ਆਪ ਬੁਕਤੇ ਬੜੇ ਤੁਰੇ ਫਿਰਦੇ ਆ, ਨਿਆਣੇ ਦੇ ਕਿਤੇ ਕਮੀਜ਼ ਚ ਵੜ ਜੂਗਾ। ਉਹ ਡੈਡੀ ਕੁੱਖ ਨਹੀਂ ਹੁੰਦਾ, ਜੱਟਾਂ ਨੇ ਮੁੰਡਿਆਂ ਨੂੰ ਕੁੱਖ ਨਹੀਂ ਹੁੰਦਾ। ਉਹ ਤੇ ਗੱਲ ਹੈ ਹੀ, ਉਹ ਮਗਰ ਪਈ ਨਹੀਂ ਲਾਹਦੀ, ਤੈਨੂੰ ਪਤਾ ਹੀ ਆ। ਮੈਨੂੰ ਪੁੱਤ ਡਰ ਲੱਗਦਾ, ਗੱਲ ਨਹੀਂ ਗੀ ਕੋਈ ਵੀ। ਉਹ ਨਾ ਡਰਿਆ ਨਾ ਕਰੋ ਤੁਸੀਂ, ਮੈਂ ਆਪੇ ਸਾਂਭ ਲੂੰਗਾ ਨੂੰ। ਉਹ ਪੁੱਤ ਸਾਂਭ ਤੇ ਤੂੰ ਲਹੇਗਾ, ਸਾਡੇ ਘਰ ਰੌਲਾ ਪੈਂਦਾ ਚੰਗਾ ਨਹੀਂ ਲੱਗਦਾ। ਇਹ ਮੁੜ ਕੇ ਨਿੱਕੀ ਨਿੱਕੀ ਗੱਲ ਤੋਂ ਲੜਦੀ ਹੈ, ਨਿੱਕੀ ਨਿੱਕੀ ਗੱਲ ਤੋਂ ਉਹਦੇ ਇੱਕ ਬਹਾਨਾ ਲੱਭਦੀ ਹੈ ਵੀ ਕਿਸ ਤਰ੍ਹਾਂ ਲੜੀਏ। ਜੇ ਉਹਨਾਂ ਕੋਈ ਕਵਾਊ ਨਾ ਖੇਡੂ ਨਾ ਤੇ ਕੱਲਾ ਰਹਿ ਜੂ ਵਿਚਾਰਾ। ਨਹੀਂ ਉਹ ਤੇ ਗੱਲ ਹੈ ਚੰਗੀ ਆ, ਤੂੰ ਵੀ ਗੱਲ ਚੰਗੀ ਸੋਚਦਾ, ਮੈਂ ਵੀ ਇਹੋ ਗੱਲ ਸੋਚਦਾ ਵਾਂ, ਪਰ ਉਹ ਉਹਦੀ ਸੋਚਣੀ ਵੱਖਰੀ ਆ ਨਾ। ਜੇ ਕੱਲ ਨੂੰ ਇਹਨੂੰ ਕਿਹਨੇ ਕਵਾਇਆ ਨਾ, ਇਹਦੇ ਮਨ ਤੇ ਕੀ ਬੀਜੂ? ਨਹੀਂ ਉਹ ਤੇ ਮੈਂ ਆਂਦਾ ਵੀ ਰਲ ਮਿਲ ਕੇ ਰਹੀਏ, ਹੋਰ ਤੇ ਕੋਈ ਗੱਲ ਨਹੀਂ ਗੀ। ਮੈਂ ਤੁਹਾਨੂੰ ਇਹ ਵੀ ਗੱਲ ਆਂਦਾ, ਉਹ ਕਿੱਡਾ ਖੁਸ਼ ਕੰਮ ਕਰਨ ਡਿਆ। ਹੁਣ ਵੇਖ ਪੁੱਤ, ਮਨਪ੍ਰੀਤ ਦੀ ਮੈਂ ਉਹਨੂੰ ਕਹਿੰਦਾ ਵੀ ਮਾਂ ਨਹੀਂ ਗੀ, ਤੇ ਪਿਓ ਜਿਹੜਾ ਵਾ ਭਰਜਾਈਆਂ ਦੇ ਹੱਥਾਂ ਚ ਵਾ, ਤੇ ਪੁੱਤ ਮਨਪ੍ਰੀਤ ਨੂੰ ਵੀ ਨਾਂ ਰੱਖਿਆ ਕਰੋ, ਨਾਂ ਰਲ ਕੇ ਰਿਹਾ ਕਰੋ, ਸੋਹਣੇ ਲੱਗੀਦਾ। ਜਿੱਥੇ ਕਿਤੇ ਜਾਣਾ ਪ੍ਰੋਗਰਾਮ ਤੇ ਜਾਣਾ, ਸਾਰੀਆਂ ਇਕੱਠੀਆਂ ਰਲ ਕੇ ਜਾਓ। ਆਹੋ ਮੈਂ ਤਾਂ ਉਹਦੀ ਹਰ ਗੱਲ ਮੰਨਦਾ ਹੀ ਆ ਉਹਦੀ। ਨਹੀਂ ਤੂੰ ਤੇ ਮੰਨਦਾ ਪੁੱਤ, ਆਹੋ ਪਰ ਮੈਨੂੰ ਨਾ ਮਨਪ੍ਰੀਤ ਵਾਲ ਵੇਖ ਕੇ ਬਹੁਤ ਦੁੱਖ ਲੱਗਦਾ, ਬਹੁਤ ਦੁੱਖ ਲੱਗਦਾ। ਨਿਆਣੀ ਕਿੰਨੂੰ ਆਪਣੇ ਦਿਲ ਦੀ ਗੱਲ ਪੜਾਸ ਕਿੰਨੂੰ ਕੱਢੇ, ਕਿਹਕੋ ਕੱਢੇ? ਉਹ ਡੈਡੀ ਨੂੰ ਟੈਨਸ਼ਨ ਨਾ ਲਿਆ ਕਰੋ, ਜੇ ਆਖੋ ਵੀ ਨਾ ਕਹੋ ਤੇ ਮੈਂ ਆਪੇ ਸਾਂਭ ਲੂੰਗਾ। ਉਹ ਚੱਲ ਉਹਨੇ ਕੀ ਆਖਣਾ ਵਾ, ਕੋਈ ਨੀ, ਚੱਲ ਆ ਚੱਲੀਏ ਓਏ, ਆ ਚੱਲ ਆ ਜਾ ਤੂੰ, ਆਪਾਂ ਚੱਲੀਏ, ਆਪਾਂ ਚੱਲੀਏ। ਚੱਲ ਸਮਰੀ ਤੂੰ ਕਰ ਲੈ ਕੰਮ, ਤੂੰ ਚੱਲ ਸਮਰੀ ਪਵਾ ਦੇ, ਤੂੰ ਮੈਂ ਪਵਾ ਦਾ ਨਹੀਂ ਤੇ ਨਾਲ। ਨਹੀਂ ਮੈਨੂੰ ਕਰ ਲੈਣਾ ਦੋਵਾਂ ਨੇ। ਅੱਛਾ ਚੱਲ ਉਹ ਮੰਮਾ ਡੇ ਲੱਭਣ, ਮੰਮਾ ਦੇ ਕਿੱਥੇ ਗਿਆ ਗੁਰਵਰ? ਉਹਨੂੰ ਕੋਈ ਜ਼ਿਆਦਾ ਹੀ ਆ ਮੁੰਡੇ ਦਾ ਹੇਗ, ਸਾਡੇ ਨੀ ਕੋਈ ਲੱਗਦਾ ਜਿਹਨੂੰ ਸਮਰੀ ਪਿਆਰੀ ਉਹਨਾਂ ਉਹ ਪਿਆਰਾ ਵਾ। ਕਹਿੰਦਾ ਨਿੱਕਾਂ ਦਾ ਕੰਮ ਸਿੱਖ ਲੂਗਾ, ਪੱਕਾ ਹੱਡ ਪੈਰ ਹੋ ਜਾਣਗੇ। ਪਤਾ ਕਿੱਥੇ ਚੱਲ ਗਿਆ ਦਿਮਾਗ ਉਹਦਾ ਵੀ। ਚੱਲ ਸਮਝ ਰਹਿੰਦੇ ਪਾ ਦੇਣਾ ਪੁੱਤ। ਚਾਚੂ ਆ ਗਿਆ ਜੀ, ਚਾਚੂ ਉਹ ਆਉਂਦਾ ਜੀ, ਚਾਚੂ ਕਿੱਥੇ ਚਾਚੂ ਆਇਆ? ਉਹ ਆ ਗਿਆ ਜੀ। ਉਹ ਆ ਗਿਆ ਜੀ ਚਾਚੂ। ਕੀ ਕਰਦਾ? ਇਹ ਗਿਆ ਹੈ ਉਧਰ ਪੱਠੇ ਵੱਢਣ। ਇਹ ਵੱਢ ਲੈਂਦਾ? ਨਹੀਂ ਉਹ ਦਿਆ ਪਾਉਣ ਉਹਦੇ ਨਾਲ। ਮਿਲ ਗਈ ਛੁੱਟੀ? ਕਾਹਦੀ? ਯੂਪੀ ਤੋਂ। ਮੈਂ ਮਿਲ ਗਈ ਛੁੱਟੀ? ਨਹੀਂ ਛੁੱਟੀ ਛਾਟੀ ਤਾਂ ਦਿੰਦੇ ਨਹੀਂ ਉਹ। ਹਾਂ ਮੈਂ ਪੱਕਾ ਹੀ ਕੰਮ ਮੁਕਾਤਾ। ਪੱਕਾ ਕੰਮ ਮੁਕਾਤਾ? ਕਿਉਂ? ਮੈਂ ਰਜਾਂ ਦੇ ਆ। ਉਹ ਤਾਂ ਕਿਹੜੀ ਗੱਲੋਂ? ਜਦੋਂ ਛੁੱਟੀ ਨਹੀਂ ਦੇਣੀ, ਘਰਦਿਆਂ ਲਈ ਟਾਈਮ ਹੀ ਨਹੀਂ ਕੱਢਣ ਦੇਣਾ, ਤੇ ਫਿਰ ਫਾਇਦਾ ਕੀ ਆ ਜੀ ਨੌਕਰੀ ਦਾ? ਤੇ ਪੁੱਤ ਘਰ ਆਣ ਕੇ ਕੀ ਕਰਨਾ? ਕੋਈ ਗੱਲ ਨਹੀਂ, ਘਰ ਜਿੱਥੇ ਸਾਰੇ ਰੋਟੀ ਖਾਣ ਦੇ, ਮੈਂ ਨਾ ਖਾਵਾਂਗਾ। ਨਹੀਂ ਤੂੰ ਵੀ ਖਾਵੇਂਗਾ ਤਾਂ ਸਹੀ, ਪਰ ਇਹ ਆ ਵੀ ਕਰਾਂਗੇ ਕੀ? ਉਹੋ ਜੋ ਉਹ ਕਰਨ ਡਿਆ, ਉਹ ਤੇ ਆਪਣਾ ਵਿਆਹ ਕੰਮ ਕਰਨ, ਉਹ ਬਾਈ ਜੋਤੀ ਦਾ ਕਰਨ ਡਿਆ, ਤੂੰ ਆਪਣੀ ਨੌਕਰੀ ਕਰਨ ਡਿਆ, ਦੂਜਾ ਜਿਹੜਾ ਬਾਹਰ ਵਾ ਉਹ ਬਾਹਰ ਵਾ, ਆਪੋ ਆਪਣੇ ਕੰਮਾਂ ਨੂੰ ਤੁਸੀਂ ਸਾਰੇ ਤਿੰਨੇ ਸ਼ੋਭਦੇ। ਚਲੋ ਬਾਈ ਦਾ ਕਰੀ, ਉਹ ਬਾਈ ਦਾ ਕਰੀ ਜੇ, ਮੈਂ ਜੋਤੀ ਦਾ ਕਰੀ ਜੋ। ਲੈ ਇਹ ਥੋੜੀ ਗੱਲ ਹੁੰਦੀ ਪੁੱਤ, ਤੂੰ ਕਿਹੜਾ ਕੰਮ ਕਰ ਰਿਹਾ ਦੱਸ? ਹੁਣ ਮੈਂ ਦੱਸ ਕੀ ਕਰਾਂ ਜੋ ਛੁੱਟੀ ਨਹੀਂ ਦਿੰਦੇ? ਚੱਲ ਆਪੇ ਦੇ ਦੇਣਗੇ ਛੁੱਟੀ ਤੈਨੂੰ। ਨਹੀਂ ਤਾਂ ਦਿੰਦੇ ਮੈਨੂੰ, ਕਿੰਨੇ ਦਿਨ ਹੋ ਗਏ? ਨੌਕਰੀ ਦੇ ਲੱਭਦੇ ਨਹੀਂ, ਦੁਨੀਆ ਦੇ ਲੱਭਣ ਨਹੀਂ, ਜੇ ਤੁਸੀਂ ਲੱਗੇ ਲੱਗੇ ਆ ਕੰਮ ਤੇ ਮਾੜੇ ਮੋਟੇ ਦੇ, ਤੁਸੀਂ ਰਜੈਨ ਦੇ ਦਿੰਦੇ, ਜੇ ਛੁੱਟੀ ਨਹੀਂ ਦਿੰਦੇ ਝਟ ਗੁੱਸੇ ਹੋ ਕੇ ਘਰ ਨੂੰ ਆ ਜਾਂਦੇ। ਤੇ ਕੀ ਕਰੀਏ ਫਿਰ, ਜਦੋਂ ਘਰਦਿਆਂ ਲਈ ਟਾਈਮ ਹੀ ਨਹੀਂ ਨਿਕਲਣਾ ਤੇ ਫਿਰ ਇਹੋ ਜਿਹੀ ਨੌਕਰੀ ਨੂੰ ਚੱਟਣਾ? ਲੈ ਆਪੇ ਦੇਣਗੇ ਹੀ ਨਾ ਛੁੱਟੀ, ਇਹਦੇ ਨਾਲ ਤੇ ਬੰਦਾ ਘੱਟ ਖਾ ਲੇ, ਉਹ ਚੰਗੀ ਆ। ਪੁੱਤ ਵਾਈ ਦੇ ਵਿੱਚੋਂ ਕੀ ਬਚਦਾ ਵਾ? ਵਾਈ ਦੇ ਨਾਲ ਨਾਲ ਕੋਈ ਨਾ ਕੋਈ 5 ਰੁਪਏ ਵੀ ਬਾਹਰੋਂ ਤੁਰੇ ਆਉਣ ਨਾ, ਉਹੋ ਨਹੀਂ ਨਾ ਰਲਦੀ। ਚੱਲ 5 ਤੇ ਮੈਂ ਕਮਾ ਹੀ ਦਊਂ ਕਿਤੇ ਨਾ ਕਿਤੇ। ਉਹ ਕਿੱਥੋਂ ਕਮਾ ਲੈਣੇ ਤੇ ਕੀ ਕਰਨਾ ਕੀ ਨਹੀਂ, ਪਰ ਆਹ ਤੂੰ ਮਾੜਾ ਕੀਤਾ। ਚੱਲ ਜਾ ਪਾਣੀ ਪੂਣੀ ਪੀ ਫਿਰ ਜਾ ਕੇ। ਉਹ ਵੇ ਫਿਰ ਚੱਲ ਗਏ ਉਹਨਾਂ ਲਾਗੇ।
ਚੁੱਕਾ ਦੋ ਪੱਠੇ ਕੋ ਕੱਲਾ ਡਿਆ ਉਹ ਚੁਕਾ ਦਿੰਦਾ ਕੋਈ ਨੀ ਆਂਦਾ ਮੈਂ ਚੁੱਕ ਲੈਂਦੀ ਆ ਮੈਂ ਤਾਂ ਉਹਨੂੰ ਲੈ ਕੇ ਆਉਣ ਡਿਆ ਵੀ ਸੁੱਖ ਨਹੀਂ ਬੋਲਣ ਵੜਦੀ ਤੈਨੂੰ ਪਤਾ ਵੀ ਮੈਂ ਕਿੱਥੇ ਗਈ ਕਿੱਥੇ ਗਿਆ ਕਿੱਥੇ ਗਿਆ ਕੰਮ ਵੀ ਹੈਗਾ ਉਹਦਾ ਹੋਰ ਕੋਈ ਮੁੰਡਾ ਵੀ ਉਹਨੂੰ ਚੁਕਾ ਹੜਦੀ ਆ ਤੇ ਪੱਠੇ ਵੀ ਉਹ ਚੁੱਕਦਾ ਰਹਿੰਦਾ ਸਾਰੀ ਦਿਹਾੜੀ ਉਹ ਮੁੰਡਾ ਨਹੀਂ ਉਹਦੇ ਸਵਾਲਿਆ ਸੀ ਉਹ ਕਿਤੇ ਸੁੱਤੀ ਸੀ ਲਾਗੇ ਉਹ ਮੁੰਡਾ ਪਤਾ ਨਹੀਂ ਉੱਠ ਕੇ ਇਹਨੂੰ ਆ ਗਿਆ ਇਹਦੇ ਨਾਲ ਤੇ ਮੈਨੂੰ ਆਂਦੀ ਪਤਾ ਨਹੀਂ ਕਿੱਥੇ ਚੱਲ ਗਿਆ ਕਿੱਥੇ ਚੱਲ ਗਿਆ ਮੈਂ ਉਹਨਾਂ ਦੇ ਘਰਾਂ ਲੱਭਦਾ ਫਿਰਦਾ ਤੇ ਉਹ ਇੱਧਰ ਡਏ ਪੱਠੇ ਵੱਢਣ ਇਹਦੇ ਨਾਲ ਨਹੀਂ ਆਇਆ ਜਦੋਂ ਉਹਦਾ ਰੋਟੀ ਦਾ ਟਾਈਮ ਹੋ ਗਿਆ ਆਪੇ ਲਾਜੂ ਚੁੱਕ ਕੇ ਫਿਰ ਕਢਾਉਣ ਡੈ ਪਿੰਦੀ ਆ ਫਿਰ ਮੇਰਾ ਮੁੰਡਾ ਰੋਣਦਾ ਚੱਲ ਅੱਛਾ ਪੁੱਤ ਇੱਕੋ ਬਹਾਨਾ ਪਾਓ ਆਪਣਾ ਟਾਈਮ ਕੱਢੋ ਜਿੱਦਾਂ ਨਿਕਲਦਾ ਵਾ ਆ ਤਾਂ ਹੀ ਤੇ ਮੈਂ ਫਿਰ ਨੌਕਰੀ ਛੱਡ ਕੇ ਆ ਗਿਆ ਉਹ ਨਹੀਂ ਨਹੀਂ ਨੌਕਰੀ ਨਹੀਂ ਇਹਨਾਂ ਦਾ ਕੀ ਪਤਾ ਬਹੁਤ ਗਲਤੀ ਕੀਤੀ ਆ ਲੈ ਮੈਂ ਪੱਠੇ ਚਕਾਦਾ ਉਹਨਾਂ ਨੂੰ ਜਾਓ ਚਕਾਓ ਤੱਕਰ ਨੂੰ ਯਾਦ ਬਾਪੂ ਐਵੇਂ ਹੀ ਸਲਾਮਾ ਤੇ ਪਾਓ ਆ ਗਿਆ ਕੋਈ ਨਾ ਕੋਈ ਮੈਨੂੰ ਘਰ ਵੀ ਵੜਨ ਦੋਗੇ ਪਹਿਲਾਂ ਬਾਪੂ ਟੱਕਰ ਗਿਆ ਹੁਣ ਤੁਸੀਂ ਗੇਟ ਚ ਵਿੱਚ ਵੱਜ ਜਾਣਾ ਇਹ ਮੇਰਾ ਨਾਮ ਮੇਰਾ ਲੱਗਣਾ ਤੂੰ ਤਾਂ ਭਰਾਵਾ ਤਪਿਆ ਹੀ ਆਇਆ ਤਪਿਆ ਹੀ ਆਉਣਾ ਵਾ ਹੋਰ ਮੈਂ ਕਿਹੜਾ ਬਰਫ਼ ਤੋਂ ਉੱਠ ਕੇ ਆਇਆ ਤੂੰ ਤੇ ਆਉਂ ਆਇਆ ਜਿੱਦਾਂ ਦਿਹਾੜੀ ਲਾ ਕੇ ਆਇਆ ਨਾ ਕਿਤੇ ਕਈ ਵਾ ਕੇ ਆਇਆ ਨਾ ਤੇ ਦਿਹਾੜੀ ਆ ਕਿ ਕੰਮ ਕੋਈ ਵੀ ਹੋਵੇ ਦਿਹਾੜੀ ਲਾਉਣੀ ਪੈਂਦੀ ਆ ਤਾਂ ਹੀ ਤਾਂ ਮੈਂ ਛੱਡ ਕੇ ਆ ਗਿਆ ਬਹਿ ਕੇ ਕੁਰਸੀ ਤੇ ਮਜ਼ੇ ਨਾ ਆ ਜਾਂਦਾ ਤਾਂ ਵੀ ਤਪਿਆ ਰਹਿੰਦਾ ਵੀਰ ਆਪਣੇ ਵੱਲ ਵੇ ਜਿਹੜਾ ਕਈ ਨਾ ਕਈ ਹੁੰਦਾ ਰਹਿੰਦਾ ਮਿੱਟੀ ਨਾ ਮਿੱਟੀ ਕੁਰਸੀ ਤੇ ਵੀ ਬਹਿਣਾ ਸੌਖਾ ਨੀ ਛਾਲੇ ਪੈ ਜਾਂਦੇ ਥੱਲੇ ਚੱਲ ਅੰਦਰ ਸੱਸ ਆਈ ਹੈ ਤੇਰੀ ਸ਼ੁਕਰ ਆ ਸੱਸ ਆਈ ਹੈ ਤੇ ਆਹੋ ਕਦੋਂ ਦੀ ਦੋਵਾਂ ਬੈਠੀਆਂ ਮਾਵਾਂ ਧੀਆਂ ਗੱਲਾਂ ਬਾਤਾਂ ਡੀਆਂ ਕਰਨ ਚੱਲ ਇਹ ਵੀ ਕਰਮ ਵਾਲਿਆਂ ਦੀ ਕਰਮਾਲਿਆਂ ਦੀ ਨਾ ਤੇਰਾ ਕੀ ਮਤਲਬ ਵੀ ਅਸੀਂ ਕਰਮਾਂ ਮਾਰੇ ਮੈਂ ਕਦੋਂ ਕਿਹਾ ਕਰਮਾਂ ਮਾਰੇ ਮੈਂ ਤੇ ਉੱਦਾਂ ਕਿਹਾ ਵੀ ਕਰਮ ਵਾਲਿਆਂ ਦੀਆਂ ਹੀ ਆਉਂਦੀਆਂ ਚੱਲ ਭਰਾ ਹੁਣ ਜਿਹਦੇ ਰੱਬ ਨੇ ਡਾਂਗ ਮਾਰਤੀ ਉਹਦੇ ਲੋਕੀ ਮਾਰੀ ਜਾਣਗੇ ਤੇ ਫਿਰ ਕੀ ਆਪਾਂ ਨੇ ਮਾਰੀ ਨਹੀਂ ਆ ਰੱਬ ਨੇ ਮਾਰੀ ਉਹਦੇ ਕਹਿ ਨਹੀਂ ਸਕਦੇ ਕਈ ਵਾਰੀ ਡਾਂਗ ਚੁੱਕਣ ਦੀ ਨਹੀਂ ਲੋੜ ਹੁੰਦੀ ਜ਼ਬਾਨ ਹੀ ਡਾਂਗ ਵਰਗੀ ਹੁੰਦੀ ਆ ਕਹਿੰਦੇ ਜ਼ਬਾਨ ਦਾ ਫੱਟ ਜਿਹੜਾ ਉਹ ਮਿਟਦੇ ਨਹੀਂ ਚੱਲ ਭਾਬੀ ਲਾ ਲਾ ਕੇ ਗੱਲਾਂ ਨਾ ਬੋਲੀਆਂ ਕਰ ਜਾ ਜਿਹੜੇ ਕੰਮ ਚੱਲਦੇ ਜਦੋਂ ਤੁਹਾਨੂੰ ਕਿਸੇ ਨੂੰ ਕਵਾ ਲਓ ਟੱਬਰ ਦੇ ਵਿੱਚ ਸੜੇ ਕੁੰਦੇ ਚ ਮੇਰਾ ਅੱਗੇ ਮੂਡ ਖਰਾਬ ਜਾਓ ਤੁਸੀਂ